ਮੈਂ ਪੈਸਿਆਂ ਨੂੰ ਅਮੀਰ ਨਹੀਂ ਮੰਨਦਾ ਤੰਦਰੁਸਤ ਬੰਦਾ ਅਮੀਰ ਹੈਗਾ ਜੇ ਹੁਣ ਜਿਹਨੂੰ ਕੋਈ ਸ਼ੂਗਰ ਲੱਗਿਆ ਕਿ ਉਹਨੂੰ ਉਹਨਾਂ ਨਾਮਰਾਦ ਬਿਮਾਰੀਆਂ ਲੱਗੀਆਂ ਨੇ ਕਿ ਉਹ ਅਰਬਾ ਖਰਬਾ ਪੱਤੀ ਕੀ ਕਰੂ ਪੈਸਾ ਉਹਨੂੰ ਪੈਸਾ ਚੰਗਾ ਵੀ ਲੱਗਦਾ ਅਹੀਂ ਇਹ ਚੀਜ਼ਾਂ ਹੋ ਗਈਆਂ ਆਪਾਂ ਹੱਡ ਦਾ ਜੋਰ ਕਿਤੇ ਲਾ ਹੀ ਨਹੀਂ ਰਹੇ ਨਾ ਆਪਾਂ ਪਸੀਨਾ ਕੱਢ ਲੈਣਾ ਨਾ ਹੱਡ ਦਾ ਜੋਰ ਨਾਲ ਕੋਈ ਕਹੀ ਚਲਾਉਂਦਾ ਨਾ ਕੋਈ ਹੱਥੀਂ ਕੰਮ ਕਰਦਾਗਾ ਅੱਗੇ ਟੋਕਾ ਟੁਕਦੇ ਸੀ ਮਸ਼ੀਨਾਂ ਨਾਲ ਟੋਕਰਾਂ ਨਾਲ ਭਾਟੋਂਦੇ ਸੀ ਕੰਨਾਂ ਚਲਾਉਂਦੇ ਸੀ ਕਿੰਨਾ ਕੰਮ ਸੀਗਾ ਹਨਾ ਕੋਈ ਕਿਸੇ ਵੀ ਜੋ ਦੇਖ ਦੇ ਵਿੱਚ ਮੁਲਖ ਚ ਚੱਲ ਰਿਹਾ ਜੋ ਪਰਿਵਾਰ ਦੇ ਵਿੱਚ ਚੱਲ ਰਿਹਾ ਜੋ ਤੁਹਾਡਾ ਕੁਝ ਵੀ ਆਲੇ ਦੁਆਲੇ ਚੱਲ ਰਿਹਾ ਉਹ ਮੁੱਦੇ ਸਾਰੇ ਛੱਡ ਕੇ ਇੱਕ ਟਾਈਮ ਆਪਦਾ ਲੇਜ਼ਰ ਟਾਈਮ ਕੱਢੋ ਵੀ ਇੰਨਾ ਹੱਸੋ ਇੰਨਾ ਹੱਸੋ ਸਾਰਾ ਕੁਝ ਭੁੱਲ ਜਿਓ ਫਿਰ ਤੁਹਾਡੀਆਂ ਟੈਨਸ਼ਨਾਂ ਫਿਰ ਹੀ ਨਹੀਂ ਗਈਆਂ ਤੁਹਾਨੂੰ ਡਿਪਰੈਸ਼ਨ ਆਉਣੀ ਹੀ ਨਹੀਂ ਗਈ ਜਦੋਂ ਆਪਾਂ ਸਾਰਾ ਦਿਨ ਆਪ ਹੀ ਇੰਨਾ ਆਪਦਾ ਪਸਾਰਾ ਵਧਾ ਲਿਆ ਆਪਾਂ ਉਦਰੀ ਰੁੱਝੇ ਰਹੇ ਨੇ ਆਪਾਂ ਹੱਸ ਕੇ ਦੇਖਦੇ ਨੇਗੇ 40 50 ਸਾਲਾਂ ਤੋਂ ਡਿਪਰੈਸ਼ਨ ਦੀ ਬਿਮਾਰੀ ਆਈ ਹੈ ਜੇ 40 50 ਸਾਲ ਵੀ ਨਾ ਕਹਾਂ ਤਾਂ 10 20 ਸਾਲਾਂ ਤੋਂ ਇਹ ਬਿਮਾਰੀ ਜਾਦੀ ਹੋਈ ਹੈ ਜਿਉਂ ਦੇ ਲੋ ਜਿਉਂ ਲੋਕ ਆਪਣੇ ਆਪਣੇ ਝੋਠਣ ਬੈਠਣੋਂ ਘਟ ਗਏ ਜਿਉਂ ਸੋਸ਼ਲ ਮੀਡੀਆ ਆ ਗਿਆ ਜਿਉਂ ਫੋਨ ਆ ਗਿਆ ਇਹ ਕਾਰਨ ਕੀ ਹੈ ਬਸ ਆਹੀ ਜਿਹੜਾ ਤੁਸੀਂ ਦੱਸਤਾ ਇਹ ਹੀ ਕਾਰਨ ਹੈ ਤੁਸੀਂ ਦੋਸਤਾਂ 'ਚ ਬੈਠੋ ਹੱਸੋ ਖੇਡੋ ਹਨਾ ਜੀ ਡਿਪਰੈਸ਼ਨ ਉਦੋਂ ਹੋਊਗਾ ਜਦੋਂ ਸਾਰਾ ਟਾਈਮ ਹੀ ਆਪਾਂ ਪੈਸੇ ਖਾਤਰ ਕੱਢਦੇ ਆਂ ਇੱਧਰ ਵੀ ਹੁਣ ਆ ਬਣ ਗਿਆ ਇਹ ਤੋਂ ਆ ਕਰ ਲਈ ਆ ਕਾਰਬੋਰ ਤੋਰ ਲਈ ਆ ਕਰ ਲਈਏ ਔਰ ਨੀਂਦ ਆਪਦੇ ਆ ਪੌਣੀ ਦਿਮਾਗ ਸੜਾ ਉਧਰ ਹੀ ਕੁਬੀ ਜਾਣੇਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਰਖਾਬ ਟੀਵੀ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋਗੇ ਕਿ ਮੱਲਾਂ ਦੇ ਕੋਲ ਚੱਲ ਰਿਹਾ ਇਹ ਖੇਡ ਹੌਲੀ-ਹੌਲੀ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚੋਂ ਪੰਜਾਬੀਆਂ ਦੇ ਵਿੱਚੋਂ ਗਾਇਬ ਹੁੰਦੀ ਜਾ ਰਹੀ ਹੈ ਪਰ ਇਹ ਖੇਡ ਨੂੰ ਸਾਂਭ ਕੇ ਰੱਖਣ ਵਾਲਾ ਗੋਲੂ ਚੀਮਾ ਪਹਿਲਵਾਨ ਅੱਜ ਅਸੀਂ ਉਹਨਾਂ ਦੇ ਕੋਲ ਪਹੁੰਚੇ ਹਾਂ ਤੇ ਜੇਕਰ ਮੈਂ ਗੱਲ ਕਰਾਂ ਗੋਲੂ ਚੀਮਾ ਬਾਰੇ ਬੇਸ਼ੱਕ ਦੀ ਦੱਸਣ ਦੀ ਲੋੜ ਨਹੀਂ ਐ ਪਰ ਗੋਲੂ ਚੀਮਾ ਆਪਣੇ ਸਮੇਂ ਦਾ ਤੇ ਹੁਣ ਵੀ ਬਹੁਤ ਚਰਚਿਤ ਪਹਿਲਵਾਨ ਰਿਹਾ ਹੁਣ ਮੈਂ ਗੱਲ ਕਰੂੰਗਾ ਕਿ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਸਾਡੇ ਲੋਕਾਂ ਨੂੰ ਲੱਗੀਆਂ ਹੋਈਆਂ ਨੇ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਪਰ ਗੋਲੂ ਚੀਮਾ ਜੀ ਉਹ ਬਿਮਾਰੀਆਂ ਦੇ ਵੀ ਇਲਾਜ ਕਰ ਦਿੰਦੇ ਆ ਤੇ ਘਰ ਦੇ ਵਿੱਚ ਬੈਠ ਕੇ ਵੀ ਐਸੇ ਕੁਛ ਦੇਸੀ ਨੁਸਖੇ ਨੇ ਬਾਈ ਕੋਲੇ ਉਹ ਵੀ ਦੱਸ ਦਿਆ ਤੇ ਬਿਮਾਰੀਆਂ ਦਾ ਇਲਾਜ ਝਟਪਟ ਦੇ ਵਿੱਚ ਹੋ ਜਾਂਦਾ ਹੈ ਡਾਕਟਰਾਂ ਦੇ ਫੀਸਾਂ ਭਰਨ ਦੇ ਨਾਲੋਂ ਡਾਕਟਰਾਂ ਕੋਲ ਪੈਸੇ ਲਟਾਉਣ ਦੇ ਨਾਲੋਂ ਜੇਕਰ ਇਹ ਦੇਸੀ ਨੁਸਖੇ ਵਰਤਲੇ ਜਾਣ ਜਿਹੜੇ ਕਿ ਬੜੇ ਗੁਣਕਾਰੀ ਨੇ ਉਹ ਦੇਸੀ ਨੁਸਖਿਆਂ ਨੂੰ ਹੀ ਲੈ ਕੇ ਅੱਜ ਗੋਲੂ ਚੀਮਾ ਜੀ ਕੋਲ ਪਹੁੰਚੇ ਆ ਉਹਨਾਂ ਤੋਂ ਜਾਣਾਂਗੇ ਕਿ ਕਿਹੜੀ ਬਿਮਾਰੀਆਂ ਨੇ ਅੱਜ ਜਿਹੜੀਆਂ ਬਹੁਤ ਲੋਕ ਵੱਟ ਕੇਸ ਆਉਂਦੇ ਐ ਤੇ ਉਹ ਬਿਮਾਰੀਆਂ ਦਾ ਇਲਾਜ ਕਿਵੇਂ ਹੋ ਸਕਦਾ ਐ ਅਸੀਂ ਡਾਕਟਰਾਂ ਦੇ ਕੋਲ ਫੀਸਾਂ ਨਾ ਪਰ ਇਹ ਘਰ ਦੇ ਵਿੱਚ ਬੈਠ ਕੇ ਜਾਂ ਇਹਨਾਂ ਕੋਲ ਆ ਕੇ ਉਹ ਇਲਾਜ ਕਿਵੇਂ ਹੋ ਸਕਦਾ ਐ ਤੇ ਕੀ ਉਹਨਾਂ ਦੇ ਹੱਲ ਐ ਤੇ ਕਿਉਂ ਉਹ ਬਿਮਾਰੀਆਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਗੋਲੂ ਚੀਮਾ ਜੀ ਦਾ ਸਵਾਗਤ ਕਰ ਲੈਣਾ ਸਰ ਬਹੁਤ-ਬਹੁਤ ਸਵਾਗਤ ਐ ਸਰ ਖਾਬਟੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਰਖਾਰ ਪੀਵੀ ਦਾ ਸਾਰਿਆਂ ਦਾ ਮੇਰੇ ਭਰਾ ਦਾ ਜਿਹੜੇ ਟੀਮ ਪਹੁੰਚੀ ਸਭ ਦਾ ਮੇਰੇ ਵੱਲੋਂ ਸਾਰੇ ਦਰਸ਼ਕਾਂ ਦਾ ਧੰਨਵਾਦ ਭਾਈ ਜੀ ਜੇਕਰ ਮੈਂ ਗੱਲ ਕਰਾਂ ਬਹੁਤ ਦੇਸੀ ਨੁਸਖੇ ਤੁਸੀਂ ਦੱਸਦੇ ਹੋ ਫੇਸਬੁੱਕ ਤੇ ਪੇਜ ਤੇ ਵੀ ਲਾਈਵ ਹੋ ਕੇ ਵੀ ਦਰਸ਼ਕਾਂ ਨੂੰ ਤੇ ਮੈਨੂੰ ਜੇਕਰ ਮੈਂ ਸਭ ਤੋਂ ਪਹਿਲਾਂ ਪੁੱਛਾਂ ਕਿ ਕਿਹੜੀ ਬਿਮਾਰੀ ਐਸੀ ਹੈ ਜਿਹੜੀ ਤੁਹਾਨੂੰ ਸਭ ਤੋਂ ਜ਼ਿਆਦਾ ਫੋਨ ਆਉਂਦੀ ਹੈ ਕਿ ਮੈਨੂੰ ਇਹ ਬਿਮਾਰੀ ਐ ਜਿਹਦੀ ਤੁਹਾਨੂੰ ਸਭ ਤੋਂ ਜ਼ਿਆਦਾ ਕੇਸ ਲੱਗਦੇ ਐ ਕਿ ਬਹੁਤ ਜ਼ਿਆਦਾ ਬਿਮਾਰੀ ਚੱਲ ਰਹੀ ਐ ਸਭ ਤੋਂ ਜ਼ਿਆਦਾ ਜਿਹੜੀ ਬਿਮਾਰੀ ਐ ਜੀ ਉਹ ਹੈਗੀ ਪੇਟ ਦੀ ਅੱਛਾ ਤੁਸੀਂ ਐ ਲਾ ਲਓ ਵੀ ਬਾਹਰੋਂ ਵੀ ਮੈਨੂੰ ਫੌਰਨ ਤੋਂ ਵੀ ਫੋਨ ਆਉਂਦੇ ਰਹਿਣਗੇ ਕਿਉਂਕਿ ਪੇਟ ਨਾਲ ਹੀ ਸਾਰਾ ਸਿਸਟਮ ਚੱਲਦਾ ਆਪਣਾ ਜੇ ਲੀਵਰ ਅੰਤੜੀਆਂ ਸਹੀ ਨਹੀਂ ਗਿਆ ਤਾਂ ਤੁਸੀਂ ਆਲੋਲ ਵੀ ਸਾਰਾ ਆਪਣਾ ਸਿਸਟਮ ਸਹੀ ਹੈਗਾ ਸਰੀਰ ਦਾ ਜਿਆਦਾ ਮਤਲਬ ਜਿਹੜਾ ਖਾਣ ਦਾ ਸਿਸਟਮ ਐਸਾ ਹੋ ਗਿਆ ਉਹਦੇ ਨਾਲੇ ਪੇਟ ਖਰਾਬ ਨੇ ਜਿਆਦੇ ਅੰਤੜੀਆਂ ਦੇ ਲੀਵਰ ਦੇ ਇਹ ਮੇਰੇ ਕੋਲੇ ਬਹੁਤ ਤਕਰੀਬਨ ਰੋਜ਼ ਦਿਹਾੜੀ ਦੇ 30 40 ਮੇਰੇ ਕੋਲੇ ਫੋਨ ਆਉਂਦੇ ਨੇ ਜਿਹੜੇ ਪੁੱਛਦੇ ਨੇ ਬਾਕੀ ਦਵਾਈ ਲੈਣ ਵੀ ਆਉਂਦੇ ਨੇਗੇ ਮਤਲਬ ਇੰਨਾ ਜਿਆਦਾ ਇਹ ਜਿਆਦਾ ਪੇਟ ਲੋਕਾਂ ਦਾ ਇੰਨਾ ਖਰਾਬ ਹੋ ਰਿਹਾਗਾ ਇਹ ਕਾਰਨ ਕੀ ਹੈ পেট ਖਰਾਬ ਹੋਣ ਦਾ ਸਾਡੇ ਖਾਣ ਪਾਣ ਦੇ ਵਿੱਚ ਕੋਈ ਕਮੀ ਹੈ ਜਾਂ ਕੋਈ ਹੋਰ ਕਮੀ ਹੈ ਇਹ ਅਸਲ ਦੇ ਵਿੱਚ ਜਿਹੜਾ পেট ਖਰਾਬ ਹੋਣ ਦਾ ਕਾਰਨ ਇਹ ਹੈ ਵੀ ਮੌਸਮ ਦੇ ਅਨੁਕੂਲ ਚੀਜ਼ ਆਪਾਂ ਕੋਈ ਵੀ ਨਹੀਂ ਖਾ ਰਹੇ ਹੁਣ ਦੇਖੋ ਕਿੰਨਾ ਗਰਮੀ ਦਾ ਮੌਸਮ ਹੈ ਬਹੁਤ ਜ਼ਿਆਦਾ ਗਰਮੀ ਹੈ ਹੁਣ ਗਰਮੀ ਦੇ ਮੌਸਮ ਦੇ ਤੁਸੀਂ ਤਰਲ ਪਦਾਰਥ ਲਓ ਜੂਸ ਲਓ ਫਰੂਟ ਲਓ ਸਲਾਦ ਲਓ ਹਨਾ ਤੇ ਜਾਂ ਜਿਵੇਂ ਠੰਡੀਆਂ ਚੀਜ਼ਾਂ ਨੇ ਬਦਾਮਾਂ ਦੀ ਸ਼ਰਧਾਈ ਪੀਓ ਤੇ ਹੋਰ ਕਿੰਨੀ ਗੂੰਦ ਕਚੀਰਾ ਹੋ ਗਿਆ ਠੰਡੀਆਂ ਬੀ ਦਾਣਾ ਕਿੰਨੀਆਂ ਠੰਡੀਆਂ ਚੀਜ਼ਾਂ ਨੂੰ ਪੀਓ ਪਰ ਆਪਾਂ ਇੰਨੀ ਗਰਮੀ ਦੇ ਵਿੱਚ ਜਿਹੜੇ ਜਿਹੜੇ ਜ਼ਿਆਦਾ ਮੈਨੂੰ ਫੋਨ ਆ ਰਹੇ ਨੇਗੇ ਵੀ ਉਹ ਆ ਗਰਮੀ ਦੇ ਵਿੱਚ ਸ਼ਾਮ ਨੂੰ ਸ਼ਰਾਬ ਪੀਂਦੇ ਨੇਗੇ ਸ਼ਰਾਬ ਵੀ ਕਿ ਨਾਲ ਜਾਂ ਮੱਛੀ ਖਾਂਦੇ ਨੇ ਜਾਂ ਉਹ ਆਂਡਾ ਖਾਂਦੇ ਨੇ ਜਾਂ ਮੁਰਗਾ ਖਾਂਦੇ ਨੇ ਮੁਰਗਾ ਵੀ ਜਿਹੜਾ ਮੱਛੀ ਵੀ ਉਹ ਵੀ ਬਾਹਰ ਦਾ ਸੋ ਉਹਦੇ ਮਸਾਲੇ ਮਸੂਲੇ ਲਾਏ ਹੁੰਦੇ ਨੇ ਇੰਨੀ ਗਰਮੀ ਦੇ ਵਿੱਚ ਤਾਂ ਦੇਖੋ ਜੀ ਜਦੋਂ ਆਪਾਂ ਇੰਨੀਆਂ ਚੀਜ਼ਾਂ ਉੱਪਰੋਂ ਤਾਂ ਗਰਮੀ ਟੈਂਪਰੇਚਰ ਕਿੰਨਾ ਹਮਸ ਹੈਗੀ ਜਿਹੜੀ ਮਤਲਬ ਸ਼ਾਮ ਨੂੰ ਆ ਫਸਲਾਂ ਦੀ ਝੋਨੇ ਦੀ ਹਮਸ ਹੋ ਜਾਂਦੀ ਹੈ ਰੇਹ ਹਸ ਪਰੇਹਾਂ ਦੀ ਹਮਸ ਹਵਾ ਦੇ ਵਿੱਚ ਫੈਲ ਜਾਂਦੀ ਹੈ ਐਨੀ ਜਿਆਦੇ ਗਰਮੀ ਹੋ ਜਾਂਦੀ ਹੈ ਬਾਅਦ ਦੇ ਵਿੱਚ ਫਿਰ ਆਪਾਂ ਉੱਪਰੋਂ दारू ਪੀ ਲੈਣਾ दारू ਸ਼ਰਾਬ ਪੀ ਕੇ ਸ਼ਰਾਬ ਅੰਗਰੇਜ਼ੀ ਬਹੁਤ ਗਰਮਾਂਗੀ ਉੱਪਰ ਜੇ ਆਪਾਂ ਮੱਛੀ ਖਾਣੇ ਆਂਗੇ ਜਾਂ ਮੀਟ ਖਾਣੇ ਆਂਗੇ ਤੇ ਜਾਂ ਆਂਡਾ ਖਾਣੇ ਆਂਗੇ ਉਹਦੇ ਨਾਲ ਗਰਮਾਇਸ਼ ਹੁੰਦੀ ਹੈ ਉਹਦੇ ਨਾਲ ਪੇਟ ਖਰਾਬ ਹੁੰਦਾ ਜਿਹੜੇ ਲਗਾਤਾਰ ਆ ਗਰਮੀ ਦੇ ਵਿੱਚ ਐਦਕੀ ਜਿੰਨੀ ਗਰਮੀ ਪਈ ਹੈ ਬਹੁਤ ਜਿਆਦੇ ਪੇਟ ਦੀ ਪ੍ਰੋਬਲਮ ਹੈ ਬਹੁਤ ਜਿਆਦੇ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਨੇ ਇਹ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੂੰ ਹੋਰ ਅੱਗੇ ਵਾਧਾ ਕਰਦੀ ਐ ਇਹ ਤਾਂ ਜੀ ਜਨਮ ਬਹੁਤ ਦਿੰਦੀ ਐ ਜੀ ਪੇਟ ਦੀਆਂ ਬਿਮਾਰੀਆਂ ਨੂੰ ਜਿਵੇਂ ਤੁਸ਼ੀਲਾ ਲੋਕ ਭਰਾਟ ਹੋਣੀ ਹਾਂ ਹਾਂ ਪਹਿਲਾਂ ਆਪਣੀ ਪੇਟ ਦੀਆਂ ਅੰਤੜੀਆਂ ਹੋਣਗੇ ਅੰਤੜੀਆਂ ਦੇ ਵਿੱਚੋਂ ਪਹਿਲਾਂ ਤਾਂ ਆਪਾਂ ਨੂੰ ਭੁੱਖ ਘਟੂਗੀ ਭੁੱਖ ਤੋਂ ਫਿਰ ਖਾਦਾ ਪੀਤਾ ਅਫਰੇਮ ਆਊਗਾ ਦਰਦ ਰਹੂ ਤੁਹਾਡੇ ਪੇਟ ਦੇ ਵਿੱਚ ਤੁਹਾਡਾ ਪੇਟ ਸਾਫ਼ ਨਹੀਂ ਹੋਊਗਾ ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਗੈਸ ਬਣੂਗੀ ਤਾਂ ਤੁਹਾਨੂੰ ਚੱਕਰ ਆਉਣਗੇ ਕਵਰਾਟ ਹੋਊਗੀ ਧੜਕਣ ਵਧੂਗੀ ਤੇ ਨਿੰਗਾ ਵੀ ਘਟੂ ਇਹਦੇ ਨਾਲ ਬਹੁਤ ਜਿਆਦੇ ਸਾਰੀਆਂ ਮਤਲ ਜਿੰਨੀਆਂ ਜਿੰਨੇ ਆਪਣੇ ਸਰੀਰ ਦੇ ਫੰਕਸ਼ਨ ਨੇ ਸਭ ਨੂੰ ਉਹ ਹੌਲੀ 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 ਬੰਦ ਕਰਨਾ ਸ਼ੁਰੂ ਕਰ ਦਿੰਦੇ ਆ ਜੇ ਆਪਾਂ ਗੱਲ ਕਰੀਏ ਇਹ ਘਰੇਲੂ ਨੁਸਖਾ ਕੀ ਹੈ ਇਹਦਾ ਵਰਤਣ ਦਾ ਕਿ ਕਿਹੜੀ ਚੀਜ਼ ਅਸੀਂ ਲੈ ਸਕਦੇ ਜਿਹੜਾ ਘਰ ਦੇ ਵਿੱਚ ਇਲਾਜ ਹੋ ਸਕੇ ਇਹਦਾ ਨੁਕਸੇ ਤਾਂ ਇਹ ਹੈ ਜੀ ਮੈਂ ਦੱਸਿਆ ਸਭ ਤੋਂ ਪਹਿਲਾਂ ਵੀ ਇਹ ਵੀ ਜਿਹੜਾ ਮੌਸਮ ਨੂੰ ਅਨੁਕੂਲ ਚੀਜ਼ ਆ ਉਹ ਖਾਓ ਤੁਹਾਨੂੰ ਹੋਣਾ ਹੀ ਨਹੀਂਗਾ ਨਹੀਂ ਜੀ ਹੋ ਵੀ ਜਾਂਦੀ ਹੈ ਫਿਰ ਘਰ ਦੇ ਵਿੱਚ ਬੈਠ ਕੇ ਕਿਹੜੀ ਚੀਜ਼ ਹੈ ਜਿਹਦੇ ਨਾਲ ਅਸੀਂ ਇਲਾਜ ਕਰ ਸਕਦੇ ਹਾਂ ਹੁਣ ਇਹ ਹੈ ਜੀ ਹੁਣ ਦੇਖੋ ਵੀ ਹੁਣ ਉਹ ਤਾਂ ਇਹ ਪਤਾ ਲੱਗਣਾ ਹੈ ਮਰੀਜ਼ ਤੋਂ ਅਸਲ ਤਾਂ ਪਤਾ ਲੱਗਦਾ ਵੀ ਇਹਨੂੰ ਕਿੰਨੀ ਕੁ ਪ੍ਰੋਬਲਮ ਹੈ ਹੈਨਾ ਵੀ ਕੱਲੀ ਆਂਤੜੀਆਂ ਦੀ ਹੈ ਜਾਂ ਲੀਵਰ ਦੀ ਹੈ ਜਾਂ ਮਿਹਦੇ ਦੀ ਗਰਮੀ ਹੈ ਇਹਨੂੰ ਵੀ ਜਾਂ ਕਿਸ ਤਰ੍ਹਾਂ ਦੀ ਜਾਂ ਵੈਸੇ ਗੈਸ ਤੇਜਾਬ ਬਣਦਾ ਹੈਗਾ ਫਿਰ ਉਸ ਹਿਸਾਬ ਦੀ ਦਵਾਈ ਦੱਸੀ ਜਾਂਦੀ ਹੈਗੀ ਵੈਸੇ ਪੇਟ ਖਾਤਰ ਜਿਆਦਾ ਤਾਂ ਮੈਂ ਕਹਿੰਦਾ ਵੀ ਗਰਮੀ ਦੇ ਵਿੱਚ ਪਾਣੀ ਪੀਓ ਨਿੰਬੂ ਪਾਣੀ ਪੀਓ ਜਿੰਨਾ ਪਾਣੀ ਪੀਓਗੇ ਗਰਮ ਚੀਜ਼ਾਂ ਨਾ ਖਾਓ ਬਿਲਕੁਲ ਨਾ ਖਾਓ ਜੀ ਦੇਖੋ ਜਿੰਨਾ ਚਿਰ ਮੌਸਮ ਠੰਡਾ ਨਹੀਂ ਹੁੰਦਾ ਮੌਸਮ ਦੇ ਅਨੁਕੂਲ ਜਿਵੇਂ ਜਿਵੇਂ ਮੌਸਮ ਬਦਲਦਾ ਉਸ ਤਰ੍ਹਾਂ ਆਪਦਾ ਖਾਣਾ ਬਦਲੋ ਤੁਸੀਂ ਬਿਮਾਰ ਨਹੀਂ ਹੋਵੋਗੇ ਜਿਆਦਾ ਆਪਾਂ ਚਾਹ ਪੀਂਦੇ ਆਂ ਦਿਹਾੜੀ ਦੇ ਵਿੱਚ ਬਹੁਤ ਜਿਆਦਾ ਚਾਹ ਪੀਂਦੇ ਨੇ ਕਈ ਬੰਦੇ ਨੇਗੇ ਚਲੋ ਖਾਣ ਪੀਣ ਦੇ ਕੋਈ ਭੁੱਕੀ ਖਾਂਦਾ ਕੋਈ ਫੀਮ ਖਾਂਦਾ ਉਹ ਚਾਹ ਪੀਂਦੇ ਨਹੀਂ ਬਹੁਤ ਜਿਆਦਾ ਚਾਹ ਪੀ ਜਾਂਦੇ ਨੇਗੇ ਚਾਹ ਪੀਣ ਨਾਲ ਗੈਸ ਤੇਜਾਬ ਬਣ ਜਾਂਦਾ ਗੈਸ ਤੇਜਾਬ ਤੋਂ ਬਾਅਦ ਉਹਨਾਂ ਨੂੰ ਕਬਜ਼ੀ ਰਹਿਣ ਲੱਗ ਜਾਂਦੀ ਹੈ ਕਿਉਂਕਿ ਜਿਆਦਾ ਜਿਹੜਾ ਭੁੱਕੀ ਫੀਮ ਖਾਂਦਾ ਉਹਨੂੰ ਕਬਜ਼ੀ ਹੋਣੀ ਹੋਣੀ ਹੈ ਕਬਜ਼ੀ ਰਹੂਗੀ ਕਬਜ਼ੀ ਹੋਣ ਦੇ ਨਾਲ ਇੱਕ ਤਾਂ ਗ ਔਰ ਦੂਸਰਾ ਉਹਨੂੰ ਕਬਜੀ ਰਹੂ ਉਹਦੇ ਨਾਲ ਗੈਸ ਤੇਜਾਬ ਬਣੂਗਾ ਅੰਤੜੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਣਗੇ ਬਸ ਉੱਥੇ ਫਿਰ ਬਿਮਾਰੀਆਂ ਸ਼ੁਰੂ ਹੋਣਗੀਆਂ ਸੋ ਕੋਈ ਵੀ ਕੁਝ ਵੀ ਖਾਂਦਾਗਾ ਪਰ ਪਾਣੀ ਵੱਧੋ ਵੱਧ ਪੀਓ ਨਿੰਬੂ ਪਾਣੀ ਪੀਓ ਮਤਲਬ ਜਿਵੇਂ ਆਪਾਂ ਨੇੜੀ ਚਾਹ ਹੈ ਬਾਰ-ਬਾਰ ਆਪਾਂ ਗਰਮੀ ਦੇ ਵਿੱਚ ਚਾਹ ਪੀਣੇ ਜਿਆਦੇ ਅਸਲ ਦੇ ਵਿੱਚ ਚਾਹ ਹੈ ਨਾ ਜਿਹੜੀ ਚਾਹ ਬਾਈ ਜੀ ਗੱਲ ਇਹ ਹੈ ਵੀ ਚਾਹ ਪੀਉਣ ਵਾਲਾ ਵੀ ਮਜਬੂਰ ਹੈ ਤੇ ਪੀਣ ਵਾਲਾ ਵੀ ਮਜਬੂਰ ਹੈ ਕਿਉਂਕਿ ਤੁਸੀਂ ਮੇਰੇ ਕੋਲੇ ਆਇਓਗੇ ਮੈਂ ਤੁਹਾਨੂੰ ਪੁੱਛੂਗਾ ਵੀ ਚਾਹ ਹਾਂ ਕਿਉਂਕਿ ਮੇਰੀ ਮਜਬੂਰੀ ਆ ਤੁਹਾਨੂੰ ਪਿਆਉਣਾ ਨਹੀਂ ਕਿ ਪੁੱਛੋਗੇ ਵੀ ਪਹਿਲਵਾਨ ਜੀ ਨੇ ਚਾਹ ਹੀ ਨਹੀਂ ਪੁੱਛੀਏਗੀ ਔਰ ਛੋਡੀ ਮਜਬੂਰੀ ਇਹ ਹੋਊਗੀ ਵੀ ਪਹਿਲਵਾਨ ਕੋਲ ਗਿਆ ਪਹਿਲਵਾਨ ਕੋਈ ਯਾਰ ਚਾਹ ਨਹੀਂ ਪੀਤੀ ਇਹ ਚਾਹ ਬਹੁਤ ਵੱਡੀ ਬਿਮਾਰੀ ਹੈਗੀ ਮੈਂ ਕਹਿੰਦਾ ਵੀ ਮੈਂ ਤਾਂ ਕਹਿੰਦਾ ਹੁੰਦਾ ਵੀ ਜਿੰਨੀ ਤੁਸੀਂ ਚਾਹ ਪੀਨੇ ਹੋ ਜੇ ਇੱਕ ਕੱਪ ਚਾਹ ਪੀਨੇ ਹੋ ਤਾਂ ਇੱਕ ਕੱਪ ਤਜਾ ਵੀ ਪੀ ਰਹੇ ਹੋ ਤੁਸੀਂ ਹਾਂ ਉਹ ਇੰਨਾ ਉਹਦੇ ਵਿੱਚ ਕਫੀਨ ਹੈ ਉਹਨੇ ਤਜਾ ਬਣਾਉਣਾ ਹੈਗਾ ਤਜਾਬ ਬਣ ਕੇ ਫਿਰ ਤਜਾਬ ਵੀ ਬਹੁਤ ਬਿਮਾਰੀਆਂ ਨੂੰ ਜਨਮ ਦਿੰਦੇ ਨੇ ਗੈਸ ਤੇ ਤਜਾਬ ਨੂੰ ਆਪਾਂ ਸੀਰੀਅਸ ਨਹੀਂ ਲੈਂਦੇ ਬਾਹਰਲੇ ਫੌਰਨ ਵਾਲੇ ਗੈਸ ਤੇ ਤਜਾਬ ਨੂੰ ਬਹੁਤ ਸੀਰੀਅਸ ਲੈਂਦੇ ਨੇ ਬਹੁਤ ਮਾੜੀ ਚੀਜ਼ ਹੈ ਗੈਸ ਤੇ ਤਜਾਬ ਤੇ ਭਾਈ ਜੀ ਹੋਰ ਬਿਮਾਰੀ ਹੈ ਜਿਹੜੀ ਜਿਹੜੀ ਦਾ ਕੋਈ ਇਲਾਜ ਨਹੀਂ ਉਹ ਹੈਗੀ ਹੈ 슈ਗਰ ਹਾਂਜੀ ਜਦੋਂ 30 40 ਸਾਲ ਦੀ ਉਮਰ ਬੰਦਾ ਟੱਪਦਾ ਨਹੀਂ ਤੇ ਉਹਨੂੰ 슈ਗਰ ਬਹੁਤ ਜ਼ਿਆਦੇ ਲੋਕ ਹੈ ਸਾਡੇ ਪੰਜਾਬ ਦੇ ਅੰਦਰ ਜਿਹਨਾਂ ਨੂੰ 슈ਗਰ ਹੈ ਬਹੁਤ ਜ਼ਿਆਦੇ ਤੇ ਉਹ ਕਿਵੇਂ ਕੰਟਰੋਲ ਕੀਤੀ ਜਾ ਸਕਦੀ ਹੈ ਤੇ ਉਹਦਾ ਇਲਾਜ ਕੀ ਹੈ ਘਰੇਲੂ ਨੁਸਖਾ ਕੋਈ ਅਸਲ ਦੇ ਵਿੱਚ ਜਿਹੜਾ ਸ਼ੂਗਰ ਹੈ ਨਾ ਜੀ ਜੇ ਆਪਾਂ ਬਾਲਕ ਕਹਿੰਦੇ ਆਪਾਂ ਵੀ ਮਿੱਠੇ ਨਾਲ ਸ਼ੂਗਰ ਹੁੰਦਾ ਹੈਗਾ ਪਰ ਮੇਰੇ ਖਿਆਲ ਦੇ ਵਿੱਚ ਜਿਹੜਾ ਵੀ ਉਹ ਮਿੱਠੇ ਨਾਲ ਉਹਨਾ ਨਹੀਂ ਹੁੰਦਾ ਜਿੰਨਾ ਸ਼ੂਗਰ ਟੈਨਸ਼ਨ ਨਾਲ ਹੁੰਦਾ ਹੈਗਾ ਟੈਨਸ਼ਨ ਬਹੁ ਬਿਮਾਰੀ ਨੂੰ ਜਨਮ ਦਿੰਦੀ ਹੈ ਮੇਰੇ ਕੋਲ ਨਾ ਪਿੱਛੇ ਜੇ 2 ਸਾਲ ਹੋ ਗਏ ਮੇਰੇ ਭਰਾ ਨਾਲ ਗੋਰਾ ਆਇਆ ਸੀ ਉਹ ਇਨਸੂਲਿਨ ਦੇ ਟੀਕੇ ਲਾਉਂਦਾ ਸੀਗਾ ਹਾਂ ਪਰ ਉਹਦੇ ਜਿਹੜਾ ਮੈਂ ਉਹਦਾ ਤਾਂ ਕਾਰੋਬਾਰ ਉਹਦੇ ਮੈਂ ਸਾਰੀਆਂ ਗੱਲਾਂ ਬਾਤਾਂ ਦੇਖੇ ਉਹ ਤਾਂ ਕਾਰੋਬਾਰ ਹੀ ਐਡਾ ਵੱਡਾ ਸੀ ਉਹ ਕਾਰੋਬਾਰ ਨੇ ਨੂੰ ਟੈਨਸ਼ਨ ਕਰ ਰੱਖੀ ਸੀ ਨਾ ਕਿ ਉਹ ਮਿੱਠਾ ਗੋਰੇ ਖਾਂਦੇ ਹੀ ਨਹੀਂਗੇ ਸੌਰੀ ਕਾਰੋਬਾਰ ਦੇ ਟੈਨਸ਼ਨ ਨੂੰ ਇੰਨੀ 슈ਗਰ ਕਰ ਰੱਖੀ ਸੀ ਵੀ ਮਤਲਬ ਇਨਸੂਲਿਨ ਦੇ ਟੀਕੇ ਲਾਉਂਦਾ ਸੀ ਉਹ ਲੋਕ ਮਿੱਠਾ ਨਹੀਂ ਖਾਂਦੇ ਬਿਲਕੁਲ ਫਰੂਟਾਂ ਚੋਂ ਲੈਂਦੇ ਨੇ ਆਪਾਂ ਕਹਿੰਦੇ ਮਿੱਠੇ ਦੇ ਵਿੱਚ 슈ਗਰ ਨਹੀਂ 슈ਗਰ ਟੈਨਸ਼ਨ ਨਾਲ ਹੈ ਮਿੱਠੇ ਨਾਲ ਵੀ ਹੈਗੇ ਪਰ ਜਦੋਂ ਹੋ ਜਾਂਦੀ ਹੈਗੀ ਫਿਰ ਉਸ ਤੋਂ ਬਾਅਦ ਮਿੱਠਾ ਉਹਨੂੰ ਵਧਾਈ ਜਾਂਦਾ ਹੈਗਾ ਹਾ ਰੋਗ ਥੰਮ ਤਾਂ ਇਹੀ ਹੈ ਜੀ ਮਿੱਠਾ ਘਟਾਓ ਐਕਸਰਸਾਈਜ਼ ਕਰੋ ਪੇਟ ਦੀਆਂ ਐਕਸਰਸਾਈਆਂ ਕੋਰ ਦੀਆਂ ਐਕਸਰਸਾਈਆਂ ਕਰੋ ਪੇਟ ਦੀ ਐਕਸਰਸਾਈਜ਼ ਜ਼ਰੂਰੀ ਹੈ ਅੱਜ ਕੱਲ ਪੇਟ ਦੀ ਐਕਸਰਸਾਈਜ਼ ਕੋਈ ਨਹੀਂ ਕਰਦਾ ਅੱਗੇ ਆਪਾਂ ਘਰਾਂ ਦੇ ਵਿੱਚ ਕੰਮ ਕਰਦੇ ਆਪਣੇ ਪੇਟ ਦੀ ਐਕਸਰਸਾਈਜ਼ ਹੋ ਜਾਂਦੀ ਸੀਗੀ ਜੇ ਤੁਸੀਂ ਪੇਟ ਦੀਆਂ ਐਕਸਰਸਾਈਆਂ ਵੀ ਕਰੋਗੇ ਉਹਦੇ ਨਾਲ ਵੀ ਤੁਹਾਡਾ ਗੈਸ ਤਜਾਬ ਵੀ ਨਹੀਂ ਬਣੂਗਾ ਸ਼ੂਗਰ ਵੀ ਨਹੀਂ ਬਾਕੀ ਸਵੇਰੇ ਸ਼ਾਮ ਆਪ ਦਾ ਟਾਈਮ ਕੱਢੋ ਸ਼ੈਅਰ ਕਰੋ ਦੌੜ ਲਾਓ ਖਾਣ ਪੀਣ ਚ ਕੁਝ ਬਦਲਾਅ ਕਰਨ ਦੀ ਲੋੜ ਹੈ ਜੇਕਰ ਕਿਸੇ ਨੂੰ ਸ਼ੂਗਰ ਹੈ ਹਾਂ ਬਿਲਕੁਲ ਬਦਲਾਅ ਕਰਨ ਦੀ ਲੋੜ ਹੈ ਜੀ ਬਦਲਾਅ ਕਰਨ ਦੀ ਮਿੱਠੇ ਵਾਲੀ ਚੀਜ਼ ਬਿਲਕੁਲ ਬੰਦ ਕਰੋ ਤੇ ਮਿੱਠਾ ਉਹਦੇ ਵਿੱਚ ਬਹੁਤ ਜ਼ਿਆਦਾ ਮਾੜਾ ਜਿਵੇਂ ਇੱਕ ਦੋ ਕਿ ਚੀਜ਼ਾਂ ਨੇ ਜਿਹਦੇ ਵਿੱਚ 슈ਗਰ ਨਹੀਂ ਹੈਗਾ ਜਿਵੇਂ ਇੱਕ ਤਾਂ ਆਪਣੀ ਲੱਸੀ ਹੁੰਦੀ ਹੈ ਚਾਟੀ ਦੀ ਜਿੱਦੋਂ ਤੱਕ ਮੱਖਣ ਲਾ ਕੇ ਆਪਾਂ ਘਰੇ ਦਹੀਂ ਜਮਾ ਕੇ ਲੱਸੀ ਘੜ ਲੈਨੇ ਆਪਾਂ ਆਮ ਘਰੇ ਲੱਸੀ ਬਣਾਉਨੇ ਆ ਉਹਦੇ ਵਿੱਚ ਨਹੀਂ ਇੱਕ ਮਾਂ ਦੇ ਵਿੱਚ 슈ਗਰ ਨਹੀਂ ਹੈਗਾ ਹਨਾ ਨਹੀਂ ਤਕਰੀਬਨ ਕਣਕ-ਕੁਣਕ ਜਿੰਨੀ ਵੀ ਆਪਾਂ ਚੀਜ਼ਾਂ ਹਰੇਕ ਦੇ ਵਿੱਚ 슈ਗਰ ਹੈਗਾ ਉਹਦਾ ਜਿਆਦਾ ਜਾਨੀ ਫਰਹੀਜ ਆ 슈ਕਰ ਦਾ ਹਾਂ ਪਰਹੇਜ ਹੈਗਾ ਦਵਾਈਆਂ ਤੋਂ ਬਹੁਤ ਨੇ ਡੋੜੀ ਨੁਕਤੇ ਜਿਹੇ ਜਿਹੇ ਬੈਦ ਨੇ ਜਿਸ ਜਿਹਨੂੰ ਜਿਹੜੇ ਹਿਸਾਬ ਨਾਲ ਬਈ ਤੁਹਾਡਾ ਨੁਸਖਾ ਹੋਵੇ ਦਰਸ਼ਕਾਂ ਨੂੰ ਕਿਉਂਕਿ ਕਿਸੇ ਦਾ ਭਲਾ ਹੋ ਸਕਦਾ ਇਹ ਵੀਡੀਓ ਦੇਖ ਕੇ ਕੋਈ ਐਸਾ ਨੁਸਖਾ ਹੋਵੇ ਤੁਹਾਡੇ ਕੋਲ ਹਾਂ ਦੇਖੋ ਜੀ ਆਮ ਆਪਾਂ ਨੂੰ ਘਰਾਂ ਦੇ ਵਿੱਚ ਜਿਹੜੇ ਮਿਲ ਜਾਂਦੇ ਨੇਗੇ ਤੁਸੀਂ ਜਾਮਣ ਦੀਆਂ ਗਟਕਾਂ ਲੈ ਲਓ ਬਾੜ ਕਰੇਲਾ ਹੋ ਗਿਆ ਤੇ ਇੱਕ ਆਪਣੀ ਹੋਗੀ ਤੁਲਸੀ ਹੋਗੀ ਤੇ ਇੱਕ ਆਪਣੀ ਹੋਗੀ ਸਫੈਦ ਮੂਸਲੀ ਹਾਂ ਮਤਲਬ ਇੱਕ ਮਾਤਰਾ ਦੇ ਵਿੱਚ ਤੁਸੀਂ ਲੈ ਲਓ ਕਿਉਂਕਿ ਸਫੈਦ ਮੂਸਲੇ ਜਿਹੜੀ ਜਿਹੜਾ ਵਾਰ-ਵਾਰ ਜਿਹੜਾ ਪਿਸ਼ਾਬ ਆਉਂਦਾ ਉਹਨੂੰ ਰੋਕਦੀ ਹੈਗੀ ਇਹ ਆਪਣਾ ਜਿਹੜਾ ਮਿੱਦ ਉਹ ਤਕੜਾ ਕਰਦੀ ਹੈਗੀ ਸੋ ਇਹ ਬਾੜ ਕਰੇਲਾ ਹੋ ਗਿਆ ਜਮਣ ਦੇ ਗਟਕਾ ਹੋ ਗਈਆਂ ਤੇ ਹਾਂ ਸਫੈਦ ਮੂਸਲੀ ਹੋ ਗਈ ਤੇ ਇੱਕ ਆਪਣੀ ਤુલਸੀ ਹੋ ਗਈ ਹਾਂ ਇਹ ਕੰਟਰੋਲ ਰੱਖਦੀਆਂ ਨੇ ਗਿਆ ਹਾਂ ਇਹਨਾਂ ਦਾ ਮਿਕਸਚਰ ਬਣਾਉਣਾ ਕੋਈ ਕੜਾ ਬਣਾਉਣਾ ਜਾਂ ਪਾਊਡਰ ਬਣਾਉਣਾ ਪਾਊਡਰ ਬਣਾ ਕੇ ਇਹ ਖਾਲੀ ਪੇਟ ਲੋ ਇੱਕ ਚਮਚਾ ਹਾਂ ਸਵੇਰੇ ਹਾਂ ਸਵੇਰੇ ਖਾਲੀ ਪੇਟ ਜੀ ਹਾਂ ਹਾਂ ਤੇ ਬਈ ਜੀ ਇੱਕ ਹੋਰ ਬੜੀ ਬਿਮਾਰੀ ਹੈ ਖਾਸ ਕਰਕੇ ਜਿਹੜੀ ਮਟਾਪਾ ਵੱਧਦਾ ਜਿਉਂ-ਜਿਉਂ ਉਵੇਂ-ਉਵੇਂ ਹਾਰਟ ਅਟੈਕ ਦੀ ਬਿਮਾਰੀ ਵੀ ਬਹੁਤ ਜ਼ਿਆਦਾ ਹੈ ਤੇ ਹਾਰਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਉਹ ਕਿਵੇਂ ਸਹੀ ਕੀਤੀ ਜਾ ਸਕਦੀ ਜਿਵੇਂ ਤੁਸੀਂ ਐਕਸਰਸਾਈਜ਼ ਕਿਹਾ ਕਿ ਜਦੋਂ ਕੋਈ ਰਨਿੰਗ ਕਰਦਾ ਜਿਹਦਾ ਬਲੱਡ ਪ੍ਰੈਸ਼ਰ ਵੱਧ ਹੈ ਜਾਂ ਜਿਹਨੂੰ ਹਾਰਟ ਦੀ ਕੋ ਪ੍ਰੋਬਲਮ ਹੈ ਉਹ ਭੱਜ ਨਹੀਂ ਸਕਦਾ ਉਹ ਵਾਕ ਨਹੀਂ ਕਰ ਸਕਦਾ ਉਹ ਤਾਂ ਸਾਹ ਚੜਦਾ ਫਿਰ ਉਹ ਬੰਦਾ ਕੀ ਕਰ ਸਕਦਾ ਜੋਗਾ ਕਰੋ ਜੀ ਜੋਗਾ ਕਰ ਲਓ ਬਹਿ ਕੇ ਜੋਗਾ ਕਰੋ ਜੋਗੇ ਨਾਲ ਵੀ ਹਟਦਾ ਹੈਗਾ ਜਦੋਂ ਜੋਗਾ ਕਰਕੇ ਤੁਹਾਡੇ ਅੰਦਰ ਸਰੀਰ ਚ ਪਾਵਰ ਪੈ ਗਈ ਜਾਨ ਪੈ ਗਈ ਤਾਂ ਹਲਕਾ ਹਲਕਾ ਤੁਸੀਂ ਸ਼ੇਅਰ ਕਰਨ ਲੱਗ ਜਾਓ ਸਹਿਲ ਤੋਂ ਬਾਅਦ ਹੌਲੀ ਹੌਲੀ ਰਨਿੰਗ ਕਰਨ ਲੱਗ ਜਾਓ ਥੋੜੀ 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 ਬਸ ਉਹਦੇ ਨਾਲ ਵਧ ਜਊਗਾ ਆਪ ਦਾ ਆਪ ਉਹ ਤੁਸੀਂ ਆਪ ਵਧਾਉਣਾਗਾ ਜਿੰਨਾ ਇਹਨੂੰ ਬਿਮਾਰੀ ਨੂੰ ਆਪਦੇ ਤੇ ਹੈਵੀ ਕਰੀ ਜਾਓਗੇ ਹੈਵੀ ਹੋਈ ਜਾਊਗੀ ਜਿੰਨਾ ਇਹਦੇ ਉੱਤੇ ਤੁਸੀਂ ਹੈਵੀ ਹੋ ਜਾਓਗੇ ਆਪਦੇ ਆਪ ਖਤਮ ਹੋ ਜਾਊਗੀ ਕੋਈ ਫੈਟੀ ਚੀਜ਼ਾਂ ਵੀ ਘਟਾਉਣੀਆਂ ਪੈਣਗੀਆਂ ਦਿਲ ਦੀ ਬਿਮਾਰੀ ਨੂੰ ਘਟਾਉਣ ਵਾਸਤੇ ਬਿਲਕੁਲ ਬਿਲਕੁਲ ਜੀ ਫੈਟੀ ਚੀਜ਼ਾਂ ਬਿਲ ਦੇਖੋ ਮੈਂ ਤਾਂ ਕਹਿਣਾ ਵੀ ਜਦੋਂ ਬੰਦੇ ਦੀ ਉਮਰ ਜੀ ਅੱਜ ਦੇ ਸਮ 40.45 ਦੀ ਹੋਗੀ ਫੈਂਟ ਵਾਲੀਆਂ ਚੀਜ਼ਾਂ ਬਿਲਕੁਲ ਘੱਟ ਕਰੋ ਦੁੱਧ ਵੀ ਮਲਾਈ ਲਾ ਕੇ ਪੀਓ ਹਨਾ ਵੀ ਜੀਜੋ ਆਪਾਂ ਨੂੰ ਪ੍ਰੋਟੀਨ ਮਿਲੇ ਜਿੰਨੀ ਕਾ ਆਪਾਂ ਨੂੰ ਲੋੜ ਹੈ ਮਤਲਬ ਉਸ ਹਿਸਾਬ ਨਾਲ ਖਾਓ ਵੀ ਆਪਣਾ ਸਰੀਰ ਚੱਲੀ ਜਾਵੇ ਜਿਆਦਾ ਫੈਂਟ ਵਾਲੀਆਂ ਚੀਜ਼ਾਂ ਨਾ ਖਾਓ ਫੈਂਟ ਵਾਲੀਆਂ ਚੀਜ਼ਾਂ ਬਹੁਤ ਮਾੜੀਆਂ ਸ਼ਹਿਰ ਸ਼ੂਰ ਕਰੋ ਜਿਆਦੇ ਕਾਰਨ ਬਈ ਜੀ ਇਹੀ ਵੜ ਗਿਆ ਹਾਰਟ ਦਾ ਜੋਰ ਆਪਣਾ ਲੱਗ ਨਹੀਂ ਰਿਹਾ ਹਾਂ ਜਿੰਨਾ ਜਦੋਂ ਆਪਣਾ ਹਾਰਟ ਦਾ ਜੋਰ ਲੱਗੂਗਾ ਤਾਂ ਕਦੇ ਪ੍ਰੋਬਲਮ ਨਹੀਂ ਆਉਗੀ ਕੋਈ ਵੀ ਅਹੀਂ ਐ ਚੀਜ਼ਾਂ ਹੋ ਗਈਆਂ ਆਪਾਂ ਹਾਰਟ ਦਾ ਜੋਰ ਕਿਤੇ ਲਾ ਹੀ ਨਹੀਂ ਰਹੇ ਨਾ ਆਪਾਂ ਪਸੀਨਾ ਕੱਢ ਲੈਣਾ ਨਾ ਹਾਰਟ ਦਾ ਜੋਰ ਨਾ ਕੋਈ ਕਹੀ ਚਲਾਉਂ ਨਾ ਕੋਈ ਹੱਥੀ ਕੰਮ ਕਰਦਾਗਾ ਅੱਗੇ ਟੋਕਾ ਟੁਕਦੇ ਸੀ ਮਸ਼ੀਨਾਂ ਨਾਲ ਟੋਕਰਾਂ ਨਾਲ ਭਾਟੋਂਦੇ ਸੀ ਕੰਨਾਂ ਚਲਾਉਂਦੇ ਸੀ ਕਿੰਨਾ ਕੰਮ ਸੀਗਾ ਹਨਾ ਸੋ ਹੁਣ ਇਹ ਕੰਮ ਹੈ ਨਹੀਂਗਾ ਹੁਣ ਤਾਂ ਜੇ ਤੁਸੀਂ ਇੱਥੇ ਤੱਕ ਜਾਣਾ ਮੋਟਰਸਾਈਕਲ ਤੇ ਜੇ ਇੱਥੇ ਨਾਲ ਦੀ ਦੁਕਾਨ ਤੇ ਜਾਣਾ ਬਾਈ ਤੇਰਾ ਮੋਟਰਸਾਈਕਲ ਦੇ ਮੜਾ ਜਾ ਹਨਾ ਹਾਂ ਸੋ ਇਹ ਇਹ ਆਪਾਂ ਨੂੰ ਮਤਲ ਸਾਰਾ ਸਰੀਰ ਜਿਹੜਾ ਪ੍ਰਮਾਤਮਾ ਨੇ ਦਿੱਤਾ ਇਹਨੂੰ ਵਰਤਣਾ ਪੈਣਾ ਜੇ ਤੁਸੀਂ ਵਰਤੋਗੇ ਹੱਥ ਪੈਰ ਸਾਰਾ ਸਰੀਰ ਤਾਂ ਤੁਸੀਂ ਤੰਦਰੁਸਤ ਰਹੋਗੇ ਜੇ ਇਹਨੂੰ ਤੁਸੀਂ ਸਾਮ ਕੇ ਹੀ ਰੱਖੋਗੇ ਵੀ ਰੱਬ ਨੂੰ ਉਮੀ ਮੋੜ ਦिए ਤਾਂ ਇਹ ਫਿਰ ਬਿਮਾਰੀਆਂ ਲੱਗਣਗੇ ਇਹਨੂੰ ਦੇ ਭਾਈ ਇੱਕ ਜਾਂਦੇ ਜਾਂਦੇ ਮੇਰਾ ਆਖਰੀ ਜਿਹਾ ਸਵਾਲ ਬਹੁਤ ਜ਼ਿਆਦੇ ਬਿਮਾਰੀ ਆ ਰਹੀ ਹੈ ਅੱਜਕੱਲ ਨੌਜਵਾਨਾਂ ਚ ਵੀ ਬਜ਼ੁਰਗਾਂ ਚ ਵੀ ਡਿਪਰੈਸ਼ਨ ਦੀ ਤੇ ਡਿਪਰੈਸ਼ਨ ਕਈਆਂ ਨੂੰ ਬਹੁਤ ਜ਼ਿਆਦੇ ਲੈਵਲ ਤੱਕ ਹੁੰਦਾ ਹੈ ਕਿ ਉਹ ਦਿਮਾਗ ਦੇ ਉੱਤੇ ਬਹੁਤ ਜ਼ਿਆਦੇ ਸਾਡੇ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਦਿਮਾਗ ਨੂੰ ਕਿਤੇ ਨਾ ਕਿਤੇ ਖੋਖਲਾ ਕਰ ਦਿੰਦਾ ਤੇ ਕਈ ਐਸੇ ਵੀ ਨੌਜਵਾਨ ਹੁੰਦੇ ਆ ਜਿਹੜੇ ਖੁਦਕੁਸ਼ੀ ਤੱਕ ਵੀ ਪਹੁੰਚ ਜਾਂਦੇ ਆ ਡਿਪਰੈਸ਼ਨ ਕਰਕੇ ਹਨਾ ਤੇ ਇਹਦਾ ਕਾਰਨ ਕੀ ਰਹਿੰਦਾ ਹੈ ਕਿ ਸਾਡੇ ਖਾਣ ਪੀਣ ਚ ਕੋਈ ਕਮੀ ਰਹਿੰਦੀ ਹੈ ਕਿ ਸਾਡੀ ਜਿਹੜੀ ਅਸੀਂ ਹਰ ਰੋਜ਼ ਕੰਮ ਕਰਦੇ ਆ ਉਹਦੇ ਵਿੱਚ ਕੋਈ ਐਸਾ ਕੁਝ ਹੁੰਦਾ ਹੈ ਜਾਂ ਕੋਈ ਹੋਰ ਕੋਈ ਕਾਰਨ ਹੈ ਇਹਦਾ ਕਿਉਂਕਿ ਜੇ ਅਸੀਂ ਗੱਲ ਕਰੀਏ ਇਹ ਤਕਰੀਬਨ 40-50 ਸਾਲਾਂ ਤੋਂ ਡਿਪਰੈਸ਼ਨ ਦੀ ਬਿਮਾਰੀ ਆਈ ਹੈ ਇਹ 40-50 ਸਾਲ ਵੀ ਨਾ ਕਹਾਂ ਤਾਂ 10-20 ਸਾਲਾਂ ਤੋਂ ਇਹ ਬਿਮਾਰੀ ਜਾਦੇ ਹੋਈ ਹੈ ਜਿਉਂ ਦੇ ਲੋ ਜਿਉਂ ਲੋਕ ਆਪਣੇ ਆਪਣੇ ਝੋਠਣ ਬੈਠਣੋਂ ਘਟ ਕੇ ਜਿਉਂ ਸੋਸ਼ਲ ਮੀਡੀਆ ਆ ਗਿਆ ਜਿਉਂ ਫੋਨ ਆ ਗਿਆ ਇਹ ਕਾਰਨ ਕੀ ਹੈ ਬਸ ਆਹੀ ਜਿਹੜਾ ਤੁਸੀਂ ਦੱਸਤਾ ਇਹ ਹੀ ਕਾਰਨ ਹੈ ਤੁਸੀਂ ਦੋਸਤਾਂ 'ਚ ਬੈਠੋ ਹੱਸੋ ਖੇਡੋ ਹਨਾ ਜੀ ਪਤਾ ਕੀ ਗੱਲ ਮੈਂ ਇੱਕ ਗੱਲ ਤੁਹਾਨੂੰ ਦੱਸ ਦਾਂਗਾ ਅ ਇੱਕ ਨਾ ਆਪਾਂ ਕਿਸੇ ਮੁੱਦੇ ਤੇ ਹੁਣ ਆਪਾਂ ਇਕੱਠੇ ਹੋਏ ਤੁਸੀਂ ਮੇਰਾ ਇੰਟਰਵਿਊ ਲੈਣਾ ਇੱਕ ਮੁੱਦਾ ਹੋ ਗਿਆ ਇੱਕ ਏਜੰਡਾ ਹੋ ਗਿਆ ਸਾਡੇ ਜ਼ੋਰ ਕਰ ਏਜੰਡਾ ਹੋ ਗਿਆ ਮੇਰੇ ਕੋਲੇ ਕੋਈ ਆ ਗਿਆ ਦਵਾਈਆਂ ਬਾਰੇ ਪੁੱਛ ਰਿਹਾ ਹੈਗਾ ਉਹ ਵੀ ਇੱਕ ਏਜੰਡਾ ਹੋ ਗਿਆ ਇੱਕ ਗੱਲਬਾਤ ਹੋ ਗਈ ਇੱਕ ਨਾ ਉਹਨਾਂ ਦਾ ਸਪੈਸ਼ਲ ਗੱਲਾਂ ਮਾਰਨ ਦਾ ਟਾਈਮ ਉਹਨੂੰ ਕਹਿੰਦੇ ਆਪਾਂ ਲੈਜਰ ਟਾਈਮ ਹਨਾ ਹਾਂ ਵੀ ਆਪਾਂ ਗੱਲੇ ਹੀ ਮਾਰਨੀ ਆ ਜਿਵੇਂ ਵੀ ਕਿਤੇ ਆਪਾਂ ਹੋ ਗਏ ਇਕੱਠੇ ਹੋਨੇ ਚਾਰ ਭਰਾ ਯਾਰ ਆਪਾਂ ਗੱਲਾਂ ਮਾਰਦੇ ਉਹ ਮਾਹੌਲ ਤੁਸੀਂ ਬਣਾਓ ਘੰਟਾ ਦੋ ਘੰਟੇ ਵੀ ਉੱਥੇ ਕੋਈ ਵੀ ਥੋੜੀ ਮੁੱਦੇ ਤੇ ਗੱਲ ਨਾ ਹੋਵੇ ਕੋਈ ਕਿਸੇ ਵੀ ਜੋ ਦੇਖ ਦੇ ਵਿੱਚ ਮੁਲਖ ਚ ਚੱਲ ਰਿਹਾ ਜੋ ਪਰਿਵਾਰ ਦੇ ਵਿੱਚ ਚੱਲ ਰਿਹਾ ਜੋ ਤੁਹਾਡਾ ਕੁਝ ਵੀ ਆਲੇ ਦੁਆਲੇ ਚੱਲ ਰਿਹਾ ਉਹ ਮੁੱਦੇ ਸਾਰੇ ਛੱਡ ਕੇ ਇੱਕ ਟਾਈਮ ਆਪਦਾ ਲੇਜ਼ਰ ਟਾਈਮ ਕੱਢੋ ਵੀ ਇੰਨਾ ਹੱਸੋ ਇੰਨਾ ਹੱਸੋ ਸਾਰਾ ਕੁਝ ਭੁੱਲ ਜਿਓ ਫਿਰ ਤੁਹਾਡੀਆਂ ਟੈਨਸ਼ਨਾਂ ਫਿਰ ਹੀ ਨਹੀਂ ਗਈਆਂ ਤੁਹਾਨੂੰ ਡਿਪਰੈਸ਼ਨ ਆਉਣੀ ਹੀ ਨਹੀਂ ਗਈ ਜਦੋਂ ਆਪਾਂ ਸਾਰਾ ਦਿਨ ਆਪ ਹੀ ਇੰਨਾ ਆਪਦਾ ਪਸਾਰਾ ਵਧਾ ਲਿਆ ਆਪਾਂ ਉਦਰੀ ਰੁੱਝੇ ਰਹੇ ਨੇ ਆਪਾਂ ਹੱਸ ਕੇ ਦੇਖਦੇ ਨੇਗੇ ਹੱਸਦੀ ਨਹੀਂ ਆਪਾਂ ਜੇ ਤੂੰ ਪੈਸਾ ਪੈਸਾ ਕਮਾਉਣਾ ਵੀ ਸਭ ਤੋਂ ਵੱਡਾ ਡਿਪਰੈਸ਼ਨ ਦਾ ਕਾਰਨ ਪੈਸਾ ਕਮਾਉਣਾ ਬਹੁਤ ਵੱਡਾ ਜੀ ਮੈਂ ਤਾਂ ਕਹਿਣਾ ਹੁੰਦਾ ਜੀ ਪੈਸਾ ਸਭ ਤੋਂ ਵੱਡਾ ਅਮੀਰ ਬੰਦਾ ਤੰਦਰੁਸਤ ਹੈਗਾ ਮੈਂ ਪੈਸਾ ਨੂੰ ਅਮੀਰ ਨਹੀਂ ਮੰਨਦਾ ਤੰਦਰੁਸਤ ਬੰਦਾ ਅਮੀਰ ਹੈਗਾ ਜੇ ਹੁਣ ਜਿਹਨੂੰ ਕੋਈ ਸ਼ੂਗਰ ਲੱਗਿਆ ਕਿ ਉਹਨੂੰ ਨਾ ਮਰਾਦ ਬਿਮਾਰੀਆਂ ਲੱਗੀਆਂ ਨੇ ਕਿ ਉਹ ਅਰਬਾ ਖਰਬਾ ਪਾਤੀਏ ਕੀ ਕਰੂ ਪੈਸਾ ਉਹਨੂੰ ਪੈਸਾ ਚੰਗਾ ਵੀ ਲੱਗਦਾ ਡਿਪਰੈਸ਼ਨ ਚ ਕਈਆਂ ਨੂੰ ਨੀਂਦ ਵੀ ਨਹੀਂ ਆਉਂਦੀ ਉਹ ਨੀਂਦ ਫਿਰ ਕਿਵੇਂ ਆ ਸਕਦੀ ਹੈ ਕਿਉਂਕਿ ਸਭ ਤੋਂ ਵੱਡੀ ਡਿਪਰੈਸ਼ਨ ਦਾ ਕਾਰਨ ਇਹੀ ਹੈ ਜੇ ਕਿਸੇ ਨੂੰ ਨੀਂਦ ਨਾ ਆਵੇ ਤਾਂ ਬਹੁਤ ਛੇਤੀ ਅੰਗਰੇ ਡਿਪਰੈਸ਼ਨ ਚ ਚਲੇ ਜਾਂਦਾ ਉਹ ਨੀਂਦ ਲਿਆਉਣ ਦੇ ਕੋਈ ਨੁਸਖੇ ਹੋਣ ਤੁਹਾਡੇ ਕੋਲ ਬਾਈ ਜੀ ਇਹਦਾ ਨੁਸਕਾ ਤਾਂ ਇਹੀ ਹੈਗਾ ਦੇਖੋ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਸਵੇਰੇ ਸ਼ਾਮ ਮੈਂ ਕਹਣਾ ਹੁੰਦਾ ਵੀ ਅੱਧਾ ਘੰਟਾ ਇੱਕ ਘੰਟਾ ਦੇ ਸਰੀਰ ਖਾਤਰ ਕੱਢੋ ਅੱਧਾ ਘੰਟਾ ਜਾਂ ਇੱਕ ਘੰਟਾ ਰੱਬ ਖਾਤਰ ਕੱਢੋ ਯਾ ਪਰ ਰੱਬ ਦਾ ਨਾਮ ਲੈਣੇ ਪਰਮਾਤਮਾ ਦਾ ਨਾਮ ਲੈਣੇ ਹੈਗੇ ਸਾਰੀ ਚੀਜ਼ ਇੱਕ ਵਾਰੀ ਛੱਡ ਕੇ ਸਾਰਾ ਰੱਬ ਨਾਲ ਜੁੜ ਕੇ ਤਾਂ ਤੁਹਾਨੂੰ ਕਦੇ ਵੀ ਡਿਪਰੈਸ਼ਨ ਨਹੀਂ ਹੋਊਗਾ ਡਿਪਰੈਸ਼ਨ ਉਦੋਂ ਹੋਊਗਾ ਜਦੋਂ ਸਾਰਾ ਟਾਈਮ ਹੀ ਆਪਾਂ ਪੈਸੇ ਖਾਤਰ ਕੱਢਦੇ ਆਂ ਇੱਧਰ ਵੀ ਹੁਣ ਆ ਬਣ ਗਿਆ ਇਹ ਤਾਂ ਆਪਾਂ ਆ ਕਰ ਲਈਏ ਆ ਕਰ ਰਬੋਰ ਤੋਰ ਲਈਏ ਆ ਕਰ ਲਈਏ ਔਰ ਨੀਂਦ ਆਪਦੇ ਆ ਪਾਉਣੀ ਦਿਮਾਗ ਸੜਾ ਉਦਰੀ ਕੁਭੀ ਜਾਣੇਗਾ ਜਦੋਂ ਇਹ ਸਾਰੇ ਛੱਡ ਕੇ ਬਸ ਉਹੀ ਗੱਲ ਹੈਗਾ ਇਹਦੀ ਦਵਾਈ ਬੂਟੀ ਬਾਈ ਜੀ ਕੋਈ ਨਹੀਂ ਇਹ ਆਪਦੇ ਕੰਟਰੋਲ ਦੇ ਵਿੱਚ ਕਰਨਾ ਹੈਗਾ ਦਵਾਈ ਬੂਟੀ ਇੰਨੀ ਕਹੇਗੀ ਹੈਗੀ ਦੇਖੋ ਦਵਾਈਆਂ ਲੈ ਲਓਗੇ ਤੁਸੀਂ ਨੀਂਦਆਂ ਦਵਾਈਆਂ ਦੇਣਗੇ ਡਾਕਟਰ ਉਹਦੇ ਨਾਲ ਤੁਸੀਂ ਉਹਦੇ ਆਦੀ ਹੋ ਜਾਓਗੇ ਹਾਂ ਪਰ ਇਹਦਾ ਇਹੀ ਹੈ ਵੀ ਉਹ ਚੀਜ਼ਾਂ ਨੂੰ ਫੋਨਾਂ ਨੂੰ ਬੰਦ ਕਰਕੇ ਆਪਦਾ ਘੰਟਾ ਪਰਿਵਾਰ ਦੇ ਵਿੱਚ ਸੋਖੇ ਡੋ ਜਾਂ ਦੋਸਤਾਂ ਦੇ ਵਿੱਚ ਇੱਕ ਅੱਧਾ ਘੰਟਾ ਸਵੇਰੇ ਸ਼ਾਮ ਪਰਮਾਤਮਾ ਦਾ ਕੱਢੋ ਤੇ ਅੱਧਾ ਘੰਟਾ ਆਪਣੇ ਸਰੀਰ ਖਾਤਰ ਕੱਢੋ ਤੁਸੀਂ ਦੇਖੋ ਕਿ ਐਸੀ ਅਨੰਦ ਦੀ ਜ਼ਿੰਦਗੀ ਜਿਉਂਗੇ ਤੁਸੀਂ ਹਾਂ ਜਾਂਦੇ 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 ਕੋਈ ਖਾਸ ਨੁਸਖਾ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਹ ਨੁਸਖਾ ਘਰਾਂ ਦੇ ਵਿੱਚ ਵੀ ਹੋਵੇ ਤੇ ਉਹ ਵਰਤ ਲੈਣ ਕਿਸੇ ਦਾ ਭਲਾ ਹੋ ਸਕੇ ਜਿਹੜਾ ਬਹੁਤ ਤੁਸੀਂ ਨੁਸਖਾ ਵਰਤਿਆ ਹੋਵੇ ਹੁਣ ਤੱਕ ਨੁਕਸੇ ਦਬੋਤ ਨੇ ਜੀ ਹੁਣ ਦੇਖੋ ਵੀਰੇ ਚਲੋ ਮਾਰਾ ਕਹਿੰਦੇ ਆਪਾਂ ਤਾਂ ਕਹਿੰਦੇ ਮੈਂ ਤਾਂ ਸਭ ਤੋਂ ਵੱਡੀ ਗੱਲ ਇਹ ਕਹਿੰਦਾ ਵੀ ਸਾਰੀ ਹੀ ਦੁਨੀਆ ਤੰਦਰੁਸਤ ਰਹੇ ਵੀ ਕਿਸੇ ਤੇ ਪ੍ਰਮਾਤਮਾ ਬਿਮਾਰੀ ਲਿਆ ਬਈ ਨਾ ਔਰ ਦੂਜੀ ਗੱਲ ਜਿਹੜੀ ਆਪਾਂ ਨੁਕਸੇ ਵਾਲੀ ਹੈ ਜੀ ਹੁਣ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੋਕਾਂ ਨੂੰ ਪਰ ਫਿਰ ਵੀ ਮੈਂ ਇਹ ਕਹਣਾਗਾ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਸਭ ਤੋਂ ਵੱਡਾ ਪਰਹੇਜ ਮੌਸਮ ਦੀਆਂ ਚੀਜ਼ਾਂ ਖਾਓ ਮੌਸਮ ਨੂੰ ਅਨੁਕੂਲ ਚੀਜ਼ ਖਾਓ ਇਹੀ ਸਭ ਤੋਂ ਵੱਡਾ ਨੁਕਸਾ ਹੈਗਾ ਆਪ ਦਾ ਪਰਹੇਜ਼ ਰੱਖੋ ਜਿੰਨਾ ਤੁਹਾਡਾ ਸਰੀਰ ਤੁਸੀਂ ਕੰਮ ਨਹੀਂ ਕਰਦੇ ਜਿੰਨੀ ਡਾਈਟ ਮੰਗਦਾ ਓਨੀ ਨਾ ਉਹਨੂੰ ਘੱਟ ਰੱਖੋ ਥੋੜੀ ਜਿਹੀ ਘੱਟ ਰੱਖੋ ਔਰ ਅਨੁਕੂਲ ਮੌਸਮ ਦੇ ਅਨੁਕੂਲ ਜੋ ਅੱਜ ਦੀਆਂ ਸਬਜ਼ੀਆਂ ਚੱਲ ਰਹੀਆਂ ਸਬਜ਼ੀਆਂ ਖਾਓ ਜਿਹੜਾ ਅੱਜ ਦਾ ਫਰੂਟ ਚੱਲ ਰਿਹਾ ਫਰੂਟ ਖਾਓ ਜੋ ਅੱਜ ਦਾ ਜਿੰਨੀ ਆਪਣਾ ਸਰੀਰ ਗਰਮੀ ਹੈ ਤਾਂ ਨਿੰਬੂ ਪਾਣੀ ਪੀਓ ਬਸ ਮੌਸਮ ਦੇ ਅਨੁਕੂਲ ਤੁਸੀਂ ਖਾਈ ਪੀਓ ਜਿਓ ਸਭ ਤੋਂ ਵੱਡਾ ਨੁਕਸਾ ਇਹੀ ਹੈ ਜੀ ਭਾਈ ਤੁਸੀਂ ਸਰਖਾਪ ਟੀਵੀ ਨਾਲ ਜੁੜੇ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਧੰਨਵਾਦ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਐਸੀ ਸਾਡੇ ਨਾਲ ਪਹਿਲਵਾਨ ਗੋਲੂ ਚੀਮਾ ਜਿਨ੍ਹਾਂ ਨੇ ਨੁਸਖੇ ਵੀ ਦੱਸੇ ਪਰ ਇਨਾਂ ਦੀਆਂ ਗੱਲਾਂ 'ਚ ਇੱਕ ਗੱਲ ਬਹੁਤ ਅਹਿਮ ਰਹਿੰਦੀ ਹੈ ਉਹ ਅਹਿਮ ਗੱਲ ਇਹ ਹੁੰਦੀ ਹੈ ਕਿ ਮੌਸਮ ਦੇ ਹਿਸਾਬ ਨਾਲ ਜੇਕਰ ਤੁਸੀਂ ਖਾਣ-ਪੀਣ ਕਰੋਗੇ ਤਾਂ ਬਿਮਾਰੀਆਂ ਤੁਹਾਨੂੰ ਲੱਗਣਗੀਆਂ ਨਹੀਂ ਪੇਟ ਦੀਆਂ ਬਿਮਾਰੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਤੇ ਡਿਪਰੈਸ਼ਨ ਦੀ ਬਿਮਾਰੀ ਤੇ ਵੀ ਗੱਲ ਕੀਤੀ ਇਹਨਾਂ ਨੇ ਇਹਨਾਂ ਦਾ ਕਹਿਣਾ ਹੈ ਕਿ ਡਿਪਰੈਸ਼ਨ ਦੀ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਆਪਣੇ ਆਪ ਲਈ ਸਮਾਂ ਨਹੀਂ ਕੱਢਦੇ ਅਸੀਂ ਆਪਣੇ ਸਰੀਰ ਨੂੰ ਆਪਣੇ ਦਿਮਾਗ ਨੂੰ ਆਪਣੇ ਲਈ ਸਮਾਂ ਹੀ ਨਹੀਂ ਦਿੰਦੇ ਆਪਣੇ ਅੰਦਰ ਚ ਬੈਠਣ ਲਈ ਸਮਾਂ ਹੀ ਨਹੀਂ ਦਿੰਦੇ ਜੇਕਰ ਕਿਸੇ ਨੂੰ ਡਿਪਰੈਸ਼ਨ ਦੀ ਬਿਮਾਰੀ ਹੈ ਤਾਂ ਸਾਰੇ ਪੈਸੇ ਕਮਾਉਣ ਦੀ ਦੌੜ ਨੂੰ ਛੱਡ ਕੇ ਆਪਣੇ ਆਦੇ ਵਿੱਚ ਬੈਠੇ ਆਪਣੇ ਪਰਿਵਾਰ ਦੇ ਨਾਲ ਆਪਣੀਆਂ ਯਾਰਾਂ ਦੋਸਤਾਂ ਦੇ ਨਾਲ ਹਾਸੇ ਤੇ ਡਿਪਰੈਸ਼ਨ ਦੀ ਬਿਮਾਰੀ ਵੀ ਦੂਰ ਹੋਊਗੀ ਤੇ ਇਹਦੇ ਨਾਲ ਨੀਂਦ ਵੀ ਬਹੁਤ ਸੁਚੱਜੇ ਢੰਗ ਦੇ ਨਾਲ ਆਊਗੀ ਉਮੀਦ ਹੈ ਗੱਲਬਾਤ ਪਸੰਦ ਆਈ ਹੋਊਗੀ ਤੇ ਜਿਹੜੇ ਵੀ ਨੁਸਕੇ ਬਾਈ ਨੇ ਤુલਸੀ ਵਾਲੇ ਦੱਸੇ ਪੇਟ ਦੀਆਂ ਬਿਮਾਰੀਆਂ ਤੋਂ ਨੁਸਖੇ ਵੀ ਤੁਸੀਂ ਵਰਤ ਕੇ ਜਰੂਰ ਦੇਖਿਓ ਤੇ ਕਮੈਂਟ ਕਰਕੇ ਸਾਨੂੰ ਦੱਸਿਓ ਕਿ ਇਹ ਇੰਟਰਵਿਊ ਕਿਵੇਂ ਦੀ ਲੱਗੀ ਉਮੀਦ ਹੈ ਗੱਲਬਾਤ ਪਸੰਦ ਆਈ ਹੋਗੀ ਜੁੜੇ ਰਹੋ ਸੁਰਖਾਪ ਟੀਵੀ ਦੇ ਨਾਲ ਮੈਨੂੰ ਮਨੀ ਪਰਵੇਜ਼ ਨੂੰ ਦਿਓ ਇਜਾਜ਼ਤ ਧੰਨਵਾਦ